नमस्कार दोस्तों, मैं हाँ तुहाड़ा अपना दीपक शर्मा सापरो चैनल तो। जिंदगी च बहुत सारे तत्थ देखने को मिलते हैं और हर एक चीज़ का पॉजिटिव और नैगेटिव पॉइंट दोनों चलते हैं नाल नाल, और कुछ सच्चाइयां तुहाड़े सामने लिआउण दी कोशिश करांगे और जानने की कोशिश करांगे कि वो दिक्कतां फेस कर रहे हैं और कि वो इस प्रोफेशन च किस तरह अपने आप को मेनटेन कर रहे हैं। आओ अज आप गलबात करते हैं कुछ अजिहे किरदारां दे नाल। तुहाडा गुड डे सपना, किवें तुसीं सपना जी इस इंडस्ट्री च पहुँचे, डांस दे विच पहुँचे, किन्ने साल हो गए तुहानूं? सानूं हो गए इस लाइन च 20-25 साल तो उपर हो गए। ਪਟਿਆਲਾ ਤੋਂ ਸਟਾਰਟ ਕੀਤਾ ਜਾਂ ਪਿੱਛੋਂ ਏਰੀਆ ਤੋਂ ਕਰਦੇ ਆ? ਪਹਿਲੇ ਅਸੀਂ ਦਿੱਲੀ ਕਰਦੇ ਸੀਗੇ, ਦਿੱਲੀ ਹੁਣ ਧੀਰੇ ਧੀਰੇ ਕਰਕੇ ਕੰਮ ਖਤਮ ਹੋ ਗਿਆ ਅਤੇ ਫਿਰ ਅਸੀਂ ਇੱਥੇ ਆਏ। ਬੰਬੇ ਵੀ ਕੀਤਾ ਕੰਮ, ਉੱਥੇ ਵੀ ਬੰਦ ਹੋ ਗਿਆ ਸੀਗਾ, ਫਿਰ ਸਾਡੇ ਕੋਲ ਹੋਰ ਕੋਈ ਕੰਮ ਦਾ ਜ਼ਰੀਆ ਨਹੀਂ, ਇਹੀ ਜ਼ਰੀਆ ਸਾਡਾ, ਅਤੇ ਅਸੀਂ ਤਾਂ ਕਰਕੇ ਮਤਲਬ ਫਿਰ ਹੁਣ ਇੱਥੇ ਆ ਕੇ ਕਰਨ ਲੱਗ ਗਏ। ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ? ਮੇਰੀ ਫੈਮਿਲੀ 'ਚ ਮੰਮੀ ਹੈ, ਮੇਰੇ ਭਰਾ ਦੀ ਡੈਥ ਹੋ ਗਈ, ਉਹਦੇ 3 ਬੱਚੇ ਨੇ ਅਤੇ ਮੇਰੀ ਭਾਬੀ। ਮਤਲਬ ਉਹਨਾਂ ਸਿਰ ਸਭ ਦਾ ਖਰਚਾ ਤੁਹਾਡੇ ਸਿਰ ਹੀ ਚੱਲਦਾ? ਹਾਂਜੀ। ਮਧੂ ਜੀ, ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਪ੍ਰੋਫੈਸ਼ਨ 'ਚ? 2 ਸਾਲ। ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ? ਕੁਛ ਨਹੀਂ। ਕਿਸ ਤਰ੍ਹਾਂ ਦਾ ਤੁਹਾਨੂੰ 2 ਸਾਲਾਂ ਤੋਂ ਪਹਿਲਾਂ ਦਾ ਅਨੁਭਵ ਅਤੇ ਅੱਜ ਦਾ ਅਨੁਭਵ, ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਪੂਰੇ ਪਹੁੰਚਣ ਤੋਂ ਬਾਅਦ? ਬਸ ਮਜਬੂਰੀ ਕਰਕੇ ਕੰਮ ਕਰਨਾ ਹੁੰਦਾ ਹੈ। ਨਹੀਂ ਵੈਸੇ ਸ਼ੌਂਕ ਤਾਂ ਮੰਮੀ ਕੋ ਦੇ ਕੇ ਕੀਆ ਥਾ ਕੰਮ। ਇਹ ਤੁਹਾਡੇ ਕੀ ਲੱਗਦੇ ਨੇ? ਇਹ ਦੀਦੀ। ਅੱਛਾ, ਦੀਦੀ ਨੇ ਤੁਹਾਡੇ, ਮਤਲਬ ਤੁਸੀਂ ਲੁਧਿਆਣੇ ਦੇ? ਕਿੱਥੋਂ? ਦਿੱਲੀ? ਲੁਧਿਆਣੇ ਤੋਂ ਬਿਲੋਂਗ ਕਰਦੇ? ਹਾਂਜੀ। ਸਪਨਾ ਜੀ, ਤੁਸੀਂ ਕਹਿੰਦੇ ਹੋ ਕਿ ਮੈਨੂੰ ਬਹੁਤ ਸਾਲ ਹੋ ਗਏ, ਕੀ ਕੁਛ ਤੁਸੀਂ ਦੇਖਦੇ ਹੋ ਪਹਿਲਾਂ ਦੇ ਸਮੇਂ 'ਚ ਅਤੇ ਅੱਜ ਦੇ ਸਮੇਂ 'ਚ, ਕੀ ਅੰਤਰ ਤੁਹਾਨੂੰ ਨਜ਼ਰ ਆਉਂਦਾ ਇਸ ਲਾਈਨ 'ਚ? ਪਹਿਲੇ ਬਹੁਤ ਇੱਜ਼ਤ ਸੀਗੀ ਇਸ ਲਾਈਨ ਦੇ ਵਿੱਚ, ਬਹੁਤ ਕੰਮ ਕਰਨ ਦਾ ਮਤਲਬ ਅੱਛਾ ਵੀ ਲੱਗਦਾ ਸੀਗਾ। ਅਸੀਂ ਜਗ੍ਹਾ 'ਤੇ ਜਿੱਥੇ ਵੀ ਜਾਣਾ ਉੱਥੇ ਬਹੁਤ ਰਿਸਪੈਕਟ ਨਾਲ ਮਤਲਬ ਗੱਲ, ਮਗਰ ਅੱਜ ਦੇ ਟਾਈਮ ਦੇ ਵਿੱਚ ਸਾਡੇ ਲਾਈਨ ਨੂੰ ਕੋਈ ਸਮਝਦਾ ਨਹੀਂ ਹੈ, ਕੋਈ ਅੱਛਾ ਨਹੀਂ ਕਹਿੰਦਾ, ਮਗਰ ਸਾਡੀ ਵੀ ਮਜਬੂਰੀ ਹੈ ਕਿ ਸਾਡੇ ਕੋਲ ਕੋਈ ਹੋਰ ਕੰਮ ਨਹੀਂ ਹੈਗਾ, ਅਸੀਂ ਇਹੀ ਸਾਡਾ ਜ਼ਰੀਆ ਹੈਗਾ, ਅਸੀਂ ਇਹਦੇ ਨਾਲ ਹੀ ਸਾਡਾ ਗੁਜ਼ਾਰਾ ਹੈਗਾ। ਅਤੇ ਸਾਨੂੰ ਤਾਂ ਕਹਿਣਾ, ਮੈਂ ਬਹੁਤ ਤਕਲੀਫਾਂ ਸਹਿਣੀ ਪੈਂਦੀ ਹੈ ਮਗਰ ਮਜਬੂਰੀ ਕਰਕੇ। ਨ੍ਰਿੱਤ ਨੂੰ ਇੱਕ ਪਵਿੱਤਰਤਾ ਮੰਨੀ ਜਾਂਦੀ ਹੈ, ਲੇਕਿਨ ਦੇਖੋ ਕੀ ਮੁਸ਼ਕਲਾਂ ਪੇਸ਼ ਕਰਦੇ ਨੇ, ਗੱਲ ਕਰਾਂਗੇ ਜਦੋਂ ਇਹ ਡਾਂਸ ਕਰਦੇ ਨੇ ਲੋਕ ਇਹਨਾਂ ਨੂੰ ਕਿਹੋ ਜਿਹੀ ਨਜ਼ਰਾਂ ਨਾਲ ਦੇਖਦੇ ਨੇ? ਹਰ ਕੋਈ ਗਲਤ ਨਿਗਾਹ ਨਾਲ ਦੇਖਦਾ, ਇਹ ਨਹੀਂ ਦੇਖਦਾ ਕਿ ਉਹਦੀ ਮਜਬੂਰੀ ਕੀ ਹੈ। ਸਾਡੀ ਲਾਈਨ ਦੇ ਵਿੱਚ 90% ਕੁੜੀਆਂ ਮਜਬੂਰੀ ਦੇ ਵਿੱਚ ਕੰਮ ਕਰਦੀਆਂ ਨੇ, ਜਿਨ੍ਹਾਂ ਦਾ ਕੋਈ ਮਾਂ ਬਾਪ ਨਹੀਂ ਹੈ ਸਿਰ 'ਤੇ, ਜਿਨ੍ਹਾਂ ਦੇ ਕਿਆ ਨਾਮ ਹੈ ਭਾਈ ਭਰਾ ਕੋਈ ਕੰਮ ਨਹੀਂ ਕਰਦੇ, ਮਜਬੂਰੀ ਨਾਲ ਕੁੜੀਆਂ ਕੰਮ ਕਰਦੀਆਂ, ਉਹਨਾਂ ਨੂੰ ਉਹ ਗਲਤ ਸਮਝਦੇ ਆ। ਮੇਰੇ ਨਾਲ ਕਹਿਣ ਦਾ ਮਤਲਬ ਹੈ ਕਿ ਬਈ ਇਹਨੂੰ ਗਲਤ ਨਾ ਸਮਝੇ, ਇਹ ਸਾਡੀ ਰੋਜ਼ੀ ਰੋਟੀ ਹੈ। ਤੁਸੀਂ ਡਾਂਸ ਕਰਦੇ ਹੋ, ਘਰ ਪਾਲਦੇ ਹੋ, ਹਰ ਕੋਈ ਅਸੀਂ ਵੀ ਆਪਣਾ ਕੰਮ ਕਰ ਰਹੇ ਹਾਂ, ਕੰਮ ਨੂੰ ਗਲਤ ਨਹੀਂ ਕਿਹਾ ਜਾਂਦਾ, ਲੇਕਿਨ ਉਹਨੂੰ ਸਮਝਣ ਦੇ ਨਜ਼ਰੀਏ ਕਿਉਂ ਗਲਤ ਹੋ ਜਾਂਦੇ ਨੇ? ਇਹ ਤਾਂ ਹੁਣ ਕਿਆ ਨਾਮ ਹੈ, ਜਿਹੜਾ ਕੋਈ ਦੇਖਦਾ ਉਹਦੇ ਨਜ਼ਰੀਏ ਨਾਲ ਹੀ ਹੈ ਨਾ, ਅਸੀਂ ਤਾਂ ਕਿਆ ਨਾਮ ਹੈ ਆਪਣਾ ਕੰਮ ਕਰਦੇ ਹਾਂ। ਬੜੇ ਬੜੇ ਅਦਾਕਾਰ ਐਸ਼ਵਰੀਆ ਰਾਏ, ਕੈਟਰੀਨਾ ਕੈਫ, ਉਹ ਵੀ ਇਸੀ ਪ੍ਰੋਫੈਸ਼ਨ 'ਚੋਂ ਕੰਮ ਕਰਕੇ ਅੱਗੇ ਵੱਧਦੇ ਨੇ। ਅਗਰ ਅਸੀਂ ਛੋਟੇ ਸਟੇਜ ਦੇ ਕਲਚਰਲ ਹੈ ਤਾਂ ਸਾਨੂੰ ਗਲਤ ਨਿਗਾਹ ਨਾਲ ਤੁਹਾਨੂੰ ਕਿਉਂ ਦੇਖਿਆ ਜਾਂਦਾ, ਕੀ ਕਾਰਨ ਕੀ ਹੈ ਤੁਹਾਨੂੰ ਸਮਝ? ਇਹ ਤਾਂ ਦੇਖੋ ਉਹਨਾਂ ਦੀ ਸੋਚ ਹੈ ਦੇਖਣ ਵਾਲੇ ਦੀ, ਅਸੀਂ ਤਾਂ ਕੁਝ ਕਹਿ ਨਹੀਂ ਸਕਦੇ, ਜਿਹੜੀ ਉਹਨਾਂ ਦੀ ਸੋਚ ਹੈ ਉਹ ਹੀ ਸੋਚ ਸਕਦੇ। ਅੱਜ ਕੱਲ੍ਹ ਕਈ ਇਹ ਨਹੀਂ ਹੈ ਕਿ 5 ਉਂਗਲੀਆਂ ਬਰਾਬਰ ਹੁੰਦੀਆਂ ਨੇ, ਕਈ ਕੁੜੀਆਂ ਕਰਕੇ ਹਰ ਕੁੜੀ ਬਦਨਾਮ ਹੋ ਜਾਂਦੀ ਹੈ ਸਾਡੇ ਲਾਈਨ ਦੀ, ਇਸ ਕਰਕੇ ਉਹ ਇਸ ਨਜ਼ਰੀਏ 'ਤੇ ਲੋਕ ਸਾਨੂੰ ਦੇਖਦੇ ਆ। ਮਧੂ ਜੀ, ਤੁਹਾਨੂੰ 2 ਸਾਲ ਹੋ ਗਏ ਤੁਸੀਂ ਜਾਣੇ ਇਸ ਲਾਈਨ 'ਚ, 2 ਸਾਲ 'ਚ ਤੁਸੀਂ ਕੀ ਕੁਛ ਸਿੱਖਿਆ, ਕੀ ਕੁਛ ਫੀਲ ਕੀਤਾ, ਥੋੜ੍ਹਾ ਸਾਡੇ ਦਰਸ਼ਕਾਂ ਨੂੰ ਦੱਸਣ ਦੀ? ਬਸ ਕੁਛ ਬਣਾਇਆ ਹੀ ਨਹੀਂ, ਬਸ ਮਜਬੂਰੀ ਦੇ ਕੰਮ। ਨਹੀਂ, ਮੈਂ ਸਮਝਦਾ ਮਜਬੂਰੀ ਹੈ, ਤੁਸੀਂ 1-2 ਸਾਲ ਪਹਿਲਾਂ ਅਤੇ ਅੱਜ ਆਪਣੇ ਆਪ ਨੂੰ ਕਿੱਥੇ? ਗੰਗਾ ਨਗਰ ਸੀ ਪਹਿਲੇ। ਅੱਛਾ, ਗੰਗਾ ਨਗਰ, ਫਿਰ ਮੈਂ ਚੰਡੀਗੜ੍ਹ ਪਾਣੀ ਪਰ, ਵਹਾਂ 2-3 ਸਾਲ ਵਹਾਂ ਪੇ ਕੰਮ ਕੀਆ ਥਾ। ਪਟਿਆਲਾ 'ਚ ਕੰਮ ਕਰਕੇ ਤੁਹਾਨੂੰ ਕਿੱਦਾਂ ਦਾ ਮਹਿਸੂਸ? ਪਟਿਆਲਾ ਅੱਛਾ ਲੱਗਾ ਮੁਝੇ। ਪਟਿਆਲਾ ਦੇ ਲੋਕ ਅਤੇ ਬਾਕੀ ਨਗਰਾਂ ਦੇ ਲੋਕਾਂ ਨਾਲ ਕਿੱਦਾਂ ਦਾ ਵਹਾਅ ਤੁਹਾਡਾ ਪਿਆ? ਜਿਵੇਂ ਅੱਜ ਕੱਲ੍ਹ ਬਾਹਰੋਂ ਕੁੜੀਆਂ ਮਿਲ ਜਾਂਦੀਆਂ ਨੇ, ਜਿਵੇਂ ਆਪਾਂ ਕਹੀਏ ਕਿ ਕਹਿਣਾ ਮੈਂ ਜੋ ਸਮਾਨ ਲੈਂਦੇ ਆਪਾਂ ਬਾਹਰੋਂ, ਪਹਿਲੇ ਸੀਗਾ ਕਿ ਕੁੜੀਆਂ ਲਾਓ, ਘਰ ਬਿਠਾਓ, ਖਿਲਾਓ, ਉਹਨਾਂ ਨੂੰ ਕੰਮ ਸਿਖਾਓ, ਸਾਰਾ ਕੁਝ ਕਰ ਦਿੰਦੇ, ਮਗਰ ਹੁਣ ਕੁੜੀਆਂ ਬਾਹਰੋਂ ਮਿਲ ਜਾਂਦੀਆਂ ਨੇ, ਬਾਹਰੋਂ ਹੀ ਤੋਂ ਕਮਾਏ, ਬਸ ਇਹੀ ਹੈ। ਇੱਥੇ ਮੇਰੇ ਕੋਲ ਇਸ ਵੇਲੇ 4 ਕੁੜੀਆਂ ਕੰਮ ਕਰ ਰਹੀਆਂ ਨੇ ਬਸ। ਇਹ ਮਤਲਬ ਕੁੜੀਆਂ, ਲੋਕ ਇਹ ਜਾਣਨਾ ਚਾਹੁੰਦੇ ਨੇ ਕੁੜੀਆਂ ਕਿਵੇਂ, ਮਤਲਬ ਕਿੱਥੋਂ ਤੁਸੀਂ ਪ੍ਰੋਡਿਊਸ ਕਰਦੇ ਹੋ, ਕਿੱਥੋਂ ਡਾਂਸ ਕਰਦੀਆਂ ਨੇ? ਦੇਖੋ ਲੋਕ, ਅਸੀਂ ਵਿਆਹ ਕਰਦੇ ਹਾਂ, ਫੰਕਸ਼ਨ ਕਰਦੇ ਹਾਂ, ਸਾਨੂੰ ਨਹੀਂ ਆ ਡੀ ਜੇ ਬੁਲਾਉਣਾ, ਲੇਕਿਨ ਇਹਦੇ ਪਿੱਛੇ ਦਾ ਰਾਜ਼ ਲੋਕਾਂ ਨੂੰ ਨਹੀਂ ਪਤਾ, ਕਿਵੇਂ ਉਹ ਉਹ ਤੱਕ ਤੁਸੀਂ ਲੋਕਾਂ ਦਾ ਇੰਟਰਟੇਨਮੈਂਟ, ਇੰਟਰਟੇਨਮੈਂਟ ਹੀ ਹੈ, ਹੋਰ ਕੁਛ ਨਹੀਂ ਹੈ। ਲੋਕਾਂ ਨੂੰ ਇਸ ਗੱਲ ਬਾਰੇ ਬੜਾ ਚਾਅ ਰਹਿੰਦਾ ਕਿ ਕਿੱਥੋਂ ਕਿਵੇਂ ਇਹ ਚੀਜ਼ਾਂ ਪ੍ਰੋਡਿਊਸ ਹੋਈਆਂ, ਥੋੜ੍ਹਾ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ।
ਨਹੀਂ ਇਹ ਤਾਂ ਕਿਆ ਨਾਮ ਹੈ, ਦੇਖੋ ਮੇਰੀ ਗੱਲ ਸੁਣੋ, ਹਰ ਸਟੇਟ ਦੇ ਵਿੱਚ ਕੰਮ ਚੱਲਦਾ ਹੈ ਅਤੇ ਹਰ ਸਟੇਟ ਦੀ ਕੁੜੀਆਂ ਇੱਕ ਦੂਜੇ ਨਾਲ ਜਿਵੇਂ ਆਪਾਂ ਕਹਿੰਦੇ ਹਾਂ ਬਈ ਕੰਮ ਦਾ ਲਿੰਕ ਰਹਿੰਦਾ, ਉਵੇਂ ਸਾਡੇ ਲਿੰਕ ਹੁੰਦੇ ਨੇ ਅਤੇ ਬਸ ਐਵੇਂ ਆਉਂਦੀ ਕੁੜੀਆਂ, ਕੰਮ ਹਰ ਜਗ੍ਹਾ ਚੱਲਦਾ ਹੈ, ਬੰਬੇ ਦਿੱਲੀ ਪਟਿਆਲਾ ਜਿੱਥੇ ਵੀ ਸਾਰੀ ਜਗ੍ਹਾ ਕੰਮ ਚੱਲਦਾ, ਬਨਾਰਸ ਵਗੈਰਾ ਸਾਰੀ ਜਗ੍ਹਾ ਕੰਮ 'ਤੇ ਜਾਂਦੇ ਅਸੀਂ, ਮਗਰ ਇੱਧਰ ਕਿਆ ਨਾਮ ਕੁੜੀਆਂ ਦਾ ਜਿਹੜੇ ਲਿੰਕ ਹੁੰਦੇ ਉਹ ਇੱਕ ਦੂਜੇ ਨਾਲ, ਮਤਲਬ ਹੁਣ ਕੁੜੀਆਂ ਬਣ ਜਾਂਦੀਆਂ ਫਰੈਂਡ ਇੱਕ ਐਵੇਂ ਆਉਂਦੇ। ਮਤਲਬ ਇਹ ਬਿਲੋਂਗ ਵੈਸੇ ਪੰਜਾਬ ਤੋਂ ਹੀ ਕਰਦੀਆਂ ਨੇ ਜਾਂ ਨੇਪਾਲ, ਸੁਣ ਲੋਕਾਂ ਦਾ ਸੁਣਨ ਚ ਆਉਂਦਾ ਨੇਪਾਲ ਤੋਂ ਜਾਂ ਇੱਧਰੋਂ ਪਹਾੜੀ ਏਰੀਆ 'ਚੋਂ ਕੁੜੀਆਂ ਆਉਂਦੀਆਂ ਨੇ? ਨਹੀਂ ਜੀ ਨਹੀਂ, ਕੁੜੀਆਂ ਹਰ ਸਟੇਟ ਦੀਆਂ ਨੇ, ਇਹ ਨਹੀਂ ਹੈ ਕਿ ਜੇ ਆਪਾਂ ਕਹੀਏ ਕਿ ਬਸ ਨੇਪਾਲ ਦੀ ਕੁੜੀਆਂ ਨੇ, ਨਹੀਂ ਹਰ ਸਟੇਟ ਦੀ ਕੁੜੀਆਂ ਕੰਮ ਕਰਦੀਆਂ ਨੇ, ਮਜਬੂਰੀ ਹਰ ਜਗ੍ਹਾ ਹੈਗੀ ਹੈ, ਹਰ ਜਗ੍ਹਾ ਕੰਮ ਕਰਦੀਆਂ, ਦਿੱਲੀ ਤੋਂ ਵੀ ਕੁੜੀਆਂ ਆਉਂਦੀਆਂ, ਲੁਧਿਆਣੇ ਤੋਂ ਆਉਂਦੀਆਂ, ਚੰਡੀਗੜ੍ਹ ਪਟਿਆਲੇ ਤੋਂ, ਸਾਰੀ ਜਗ੍ਹਾ ਤੋਂ ਕੁੜੀਆਂ ਆਉਂਦੀਆਂ ਨੇ, ਇਹ ਨਹੀਂ ਹੈ ਕਿ ਕੁੜੀਆਂ ਸਿਰਫ ਇੱਥੇ ਦੀ ਨੇ, ਸ਼ਿਮਲੇ ਤੋਂ ਕੁੜੀਆਂ ਆਉਂਦੀ ਹੈ, ਔਰ ਅੱਛੇ ਘਰਾਂ ਦੀ ਵੀ ਕੁੜੀਆਂ ਕੰਮ ਕਰਦੀਆਂ ਨੇ, ਕਈ ਮਜਬੂਰੀਆਂ 'ਤੇ ਕਰਦੀਆਂ ਨੇ, ਕਈ ਸ਼ੌਕ ਦੇ ਸ਼ੌਕ ਨਾ, ਮੈਂ ਤੁਹਾਨੂੰ ਇਸ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਨ੍ਰਿਤਿਆ ਨੂੰ ਇੱਕ ਸ਼ੌਕ ਦੇ ਤੌਰ 'ਤੇ ਵੀ ਪ੍ਰਮੋਟ ਕੀਤਾ ਜਾਂਦਾ ਸੀ ਪਹਿਲਾਂ, ਲੇਕਿਨ ਸਾਡੇ ਸਮਾਜ ਨੇ ਉਹਨਾਂ ਨੂੰ ਇੰਨਾ ਕੁ ਡੈਪਥ ਆਫ ਦੀ ਬੈਡ ਸੁਸਾਇਟੀ ਦੇ ਵਿੱਚ ਮੰਨ ਲਿਆ ਕਿ ਡਾਂਸ ਹੈ ਤਾਂ ਸਮਝੋ ਕੰਮ ਖਰਾਬ ਹੈ, ਲੇਕਿਨ ਇਸ ਤਰ੍ਹਾਂ ਦਾ ਨਹੀਂ ਹੈ ਸਪਨਾ ਜੀ, ਇਹ ਸਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਹੀਂ ਕਈ ਕੁੜੀਆਂ ਹੈਗੀਆਂ ਜਿਹੜੀਆਂ ਕਿਆ ਨਾਮ ਹੈ ਮਜਬੂਰੀਆਂ ਨਾਲ ਕੰਮ ਕਰਦੀਆਂ ਨੇ, ਸਾਡੀ ਲਾਈਨ 'ਚ ਕਈ ਕੁੜੀਆਂ ਜਿਹੜੀਆਂ ਸ਼ੌਕ ਦੇ ਵਿੱਚ ਵੀ ਕੰਮ ਕਰਦੀਆਂ ਨੇ, ਇਹ ਨਹੀਂ ਹੈ ਕਿ ਉਹਨਾਂ ਨੂੰ ਕੋਈ ਕਿਸੇ ਚੀਜ਼ ਦਾ ਘੱਟ ਹੈ, ਕਿਸੇ ਚੀਜ਼ ਦਾ ਉਹ ਹੈ, ਸ਼ੌਕ ਦੇ ਤੌਰ 'ਤੇ ਵੀ ਸ਼ੌਕ ਵੀ ਹੈ ਕੁੜੀਆਂ ਦਾ ਜਿਹੜਾ ਕੰਮ ਕਰਦੀਆਂ ਨੇ। ਕਿ ਮੰਮੀ ਪਾਪਾ ਕੇ ਪੇਟ ਭਰਨਾ ਹੁੰਦਾ ਹੈ, ਭਾਈ ਕੁਛ ਕੰਮ ਨਹੀਂ ਕਰਦੇ, ਮਾਂ ਬਾਪ ਨਹੀਂ ਹੈ, ਸਿਰ ਪੇ ਖੇਲੇ ਮੈਂ ਹੀ ਘੁਮਾਉਣੇ ਵਾਲੀ। ਦੇਖੋ ਲੋਕ ਕਹਿੰਦੇ ਨੇ ਕਿ ਪੁੱਤ ਕੰਮ ਕਰਕੇ ਘਰ ਪਾਲਦੇ ਨੇ, ਲੇਕਿਨ ਮੈਂ ਨਹੀਂ ਮੰਨਦਾ ਕਿ ਪੁੱਤਾਂ ਤੋਂ ਧੀਆਂ ਅੱਜ ਕੱਲ੍ਹ ਘੱਟ ਨੇ। ਦੇਖੋ ਇਸ ਕੁੜੀ ਵੀ ਆਪਣੇ ਘਰ ਦਾ ਖਰਚਾ ਸਭ ਕੁਛ ਕਰ ਰਹੀ ਹੈ, ਸਭ ਖਰਚਾ ਕਰਦਾ, ਸਭ ਮੈਂ ਅਕੇਲੇ ਦੇ ਦੇ, ਸਭ ਅਕੇਲੇ ਅਕੇਲੇ ਕਮਾਉਣੇ ਵਾਲੀ ਮੈਂ ਹੂੰ। ਕਹਿੰਦੇ ਨਾ ਭਾਈ ਕਮਾਤਾ ਹੈ, ਭਾਈ ਤੋਂ ਕੋਈ ਕੰਮ ਨਹੀਂ ਕਰਦਾ, ਮਾਂ ਬਾਪ ਅਕੇਲੇ ਕਮਾਉਣਾ ਹੁੰਦਾ। ਕਿਤੇ ਵੀ ਅਗਰ ਤੁਹਾਨੂੰ ਕੋਈ ਡਾਂਸਰ ਡਾਂਸ ਕਰਦੇ ਦੇਖਦੇ ਨੇ ਤਾਂ ਉਹਨਾਂ ਦੀ ਕਲਾ ਦੀ ਕਦਰ ਕਰੋ, ਨਾ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ ਦੇਖੋ। ਹਰ ਇਨਸਾਨ ਆਪਣਾ ਪੇਟ ਪਾਲਣ ਲਈ ਕੋਈ ਨਾ ਕੋਈ ਰੁਜ਼ਗਾਰ, ਕੋਈ ਨਾ ਕੋਈ ਧੰਦਾ ਚਲਾ ਰਿਹਾ। ਸੋ ਮੇਰੀ ਆਪਣੇ ਵਿਊਵਰਸ ਦੇ ਅੱਗੇ ਹੱਥ ਬੰਨ੍ਹ ਕੇ ਹੀ ਬੇਨਤੀ ਹੈ ਕਿ ਜੀਓ ਔਰ ਜੀਣ ਦਵੋ, ਔਰ ਲੋਕਾਂ ਨੂੰ ਆਪਣੇ ਪ੍ਰੋਫੈਸ਼ਨ ਦੇ ਉੱਤੇ ਕੰਸਨਟ੍ਰੇਟ ਕਰਨ ਦਿਉ, ਅੱਗੇ ਵਧਣ ਦਿਉ, ਨਾ ਕਿ ਉਹਨਾਂ ਨੂੰ ਉਹਨਾਂ ਦੇ ਪ੍ਰਤੀ ਗਲਤ ਵਿਚਾਰ ਗਲਤ ਥਿਊਰੀਜ਼ ਲੈ ਕੇ ਚੱਲੋ ਕਿ ਉਹ ਜਿਸਮ ਫਰੋਸ਼ੀ ਜਾਂ ਇੱਦਾਂ ਦਾ ਕੋਈ ਵੀ ਕੰਮ ਕਰਦੇ ਨੇ, ਬਿਲਕੁਲ ਗਲਤ ਹੈ। ਕੀ ਸਭ ਨੇ ਤੁਸੀਂ ਇਹਦੇ ਬਾਰੇ ਕਹਿਣਾ ਚਾਹੋਗੇ ਆਪਣੇ? ਮੇਰੀ ਗੱਲ ਸੁਣੋ, ਉਹ ਆਪਣੇ ਇੰਨੇ ਸਟੇਟਾਂ ਤੋਂ ਕੁੜੀਆਂ ਆਉਂਦੀਆਂ ਨੇ ਮਜਬੂਰੀ ਕਰਕੇ ਆਪਣੇ ਮਾਂ ਬਾਪ ਨੂੰ ਘਰ ਬਾਰ, ਹਾਲਾਂਕਿ ਮਾਂ ਕੁੜੀ ਨੂੰ ਕੋਈ ਅੱਧਾ ਘੰਟਾ ਵੀ ਨਹੀਂ ਛੱਡਦੀ, ਸਾਡੇ ਕੋਲ ਕੁੜੀਆਂ 6-6 ਮਹੀਨੇ ਕੰਮ ਕਰਦੀਆਂ ਨੇ, ਉਹਨਾਂ ਦੇ ਮਾਂ ਬਾਪ ਤੋਂ ਅਸੀਂ ਲੈ ਆਉਂਦੇ ਨੇ, ਅਤੇ ਉਹ ਜੇ ਉਹਨਾਂ ਨੇ ਗਲਤ ਕਰਕੇ ਆਪਣੀ ਕੁੜੀਆਂ ਤੋਂ ਖਾਣਾ ਹੈ ਅਤੇ ਉਹ ਇੰਨੀ ਦੂਰ ਕੁੜੀਆਂ ਨੂੰ ਭੇਜਣ ਦਾ ਉਹਨਾਂ ਕੋਈ ਮਤਲਬ ਨਹੀਂ। ਸੋ ਇਹ ਸਨ ਸਾਡੇ ਕੁਛ ਅਦਾਕਾਰ ਜੋ ਆਪਣੇ ਘਰ ਦੇ ਖਰਚੇ ਆਪਣੇ ਪੇਟ ਪਾਲਣ ਲਈ, ਆਪਣੇ ਭਰਾਵਾਂ ਬੱਚਿਆਂ ਮਾਵਾਂ ਦਾ ਪੇਟ ਪਾਲਣ ਲਈ ਇਸ ਪ੍ਰੋਫੈਸ਼ਨ 'ਚੋਂ ਕੱਢ ਰਹੇ ਨੇ। ਇਹਨਾਂ ਨੂੰ ਕਿਰਪਾ ਕਰਕੇ ਜੀਓ ਔਰ ਜੀਣ ਦਿਓ, ਗਲਤ ਜਗ੍ਹਾ ਗਲਤ ਥਿਊਰੀਆਂ ਇਸ ਨੂੰ ਥੋੜ੍ਹਾ ਚੇਂਜ ਕੀਤਾ ਜਾਵੇ, ਸਾਡੇ ਸਮਾਜ ਅੱਗੇ ਇਹੀ ਰਿਕੁਐਸਟ ਹੈ ਕਿ ਜੋ ਜਿਸ ਤਰ੍ਹਾਂ ਚੱਲਦਾ ਉਹਨੂੰ ਚੱਲਣ ਦਿੱਤਾ ਜਾਵੇ ਔਰ ਹਰ ਇੱਕ ਨੂੰ ਜੀਣ ਦਾ ਹੱਕ ਦਿੱਤਾ ਜਾਵੇ।